ਚਾੜੀ ਹੋਈ ਹੈ ਔਰ ਇਵਨ ਮੈਂ ਮੇਨਸਟ੍ਰੀਮ ਦੇ ਵਿੱਚ ਵੀ ਪੜ ਰਿਹਾ ਸੀ ਕਿ ਕਈ ਥਾਵਾਂ ਦੇ ਉੱਤੇ ਨਿਊਜ਼ ਫਲੈਸ਼ ਹੋ ਰਹੀਆਂ ਨੇ ਗਲੋਬਲ ਮੇਲ ਦੇ ਉੱਤੇ ਵੀ ਇੱਕ ਸਪੈਸ਼ਲ ਆਰਟੀਕਲ ਤੇ ਰਿਪੋਰਟ ਜਾਰੀ ਕੀਤੀ ਗਈ ਜਿਹਦੇ ਵਿੱਚ ਇਹ ਇੱਕ ਕਨਸਰਨ ਦੇ ਤੌਰ ਦੇ ਉੱਤੇ ਇਹਨੂੰ ਲਿਆ ਗਿਆ ਕਿ ਧੜਾ ਧੜ ਜਿਹੜੀਆਂ ਆਪਣੀਆਂ ਫਾਈਲਜ਼ ਨੇ ਉਹ ਰੈਫਿਊਜੀ ਕੇਸਸ ਦੀਆਂ ਸਟੂਡੈਂਟਸ ਕੋਲੋਂ ਲਗਾਈਆਂ ਜਾ ਰਹੀਆਂ ਨੇ ਸਟੂਡੈਂਟਸ ਦਾ ਰੈਫਿਊਜੀ ਕਲੇਮ ਕਰਨ 'ਚ 1500% ਵਾਧਾ ਅੱਛਾ ਤੇ ਕਈ ਇਹੋ ਜਿਹੇ ਕਾਲਜੇਸ ਦੇ ਜਿੱਥੇ 4000% ਕੱਤਾ ਹੋਇਆ ਹੈ ਸਟੂਡੈਂਟਸ ਦੀਆਂ ਹੀ ਐਪਲੀਕੇਸ਼ਨ ਰੈਫਿਊਜੀਜ਼ ਦੇ ਕੇਸ ਜਿੱਥੇ ਉਹਨਾਂ ਦੇ ਸਟੂਡੈਂਟ ਹੈ ਰੈਫਿਜੀ ਕਲੇਮ ਉਸ ਸਮੇਂ ਤੁਹਾਨੂੰ ਇੱਕ ਅਨਇਨਫੋਰਸੇਬਲ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ ਹੈ ਅੱਛਾ ਦੇਸ਼ ਨਿਕਾਲੇ ਦਾ ਆਰਡਰ ਹੁੰਦਾ ਪਰ ਉਹ ਇਨਫੋਰਸੇਬਲ ਨਹੀਂ ਹੁੰਦਾ ਉਹ ਲਾਗੂ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਤੁਹਾਡੇ ਕੇਸ ਤੇ ਫੈਸਲਾ ਨਾ ਕੰਮ ਕਰਨ ਲਈ एलिजिबल ਹੈਗੇ ਬਿਲਕੁਲ ਤੁਹਾਨੂੰ ਵਰਕ ਪਰਮਿਟ ਦੇ ਦੇਣਾ ਠੀਕ ਹੁਣ ਜਦੋਂ ਤੁਹਾਡੇ ਤੁਸੀਂ ਅੰਡਰ ਅ ਰਿਮੂਵਲ ਆਰਡਰ ਹੋ ਤਾਂ ਤੁਸੀਂ ਇਨਐਡਮਿਸਿਬਲ ਹੋ ਜਣੇ ਹੋ ਹੋਰ ਕਿਸੇ ਵੀ ਕੈਟਾਗਰੀ ਚ ਅਪਲਾਈ ਕਰ ਸਕਦੇ ਇਸ ਕੇਸ ਤਾਂ ਹੋਰ ਵੀ ਜ਼ਿਆਦਾ ਇੱਕ ਇੱਕ ਜਿਆਦਾ ਵੱਡੀ ਟੈਨਸ਼ਨ ਹੋ ਗਈ ਕਿ ਹੁਣ ਚਾਹੇ ਬੰਦਾ ਸੋਚੇ ਕਿ ਕੋਈ ਗੱਲ ਨਹੀਂ ਮੈਂ ਵਿਆਹ ਕਰਵਾ ਲਿਆ ਹਾਂ ਪਰ ਨਾ ਤਾਂ ਜਿਹੜਾ ਉਹਦਾ ਸਪਾਊਸ ਵਾਲੀ ਫੈਮਿਲੀ ਹੈ ਜਾਂ ਸਪਾਊਸ ਹੈ ਉਹਨੇ ਪਹਿਲਾਂ ਇਹ ਗੱਲ ਕੋਕ ਪੜਤਾਲ ਕੀਤੀ ਕਿ ਕਿਹਦੇ ਪਾਸਪੋਰਟ ਦੀ ਮਿਆਦ ਹੈ ਕਿ ਨਹੀਂ ਹੈ ਨਾ ਉਹਨਾਂ ਨੇ ਕਿਸੇ ਨਾਲ ਕੰਸਲਟ ਕੀਤਾ ਹੁਣ ਇਦਾਂ ਦੇ ਕਿੰਨੇ ਕੇਸਿਸ ਹੋਣਗੇ ਬਹੁਤ ਜੋ ਦੋਨੋਂ ਕਪਲ ਹੀ ਹੁਣ ਲਟਕ ਰਹੇ ਨੇ ਬਿਲਕੁਲ ਜੀ ਐਬਸੋਲੂਟਲੀ ਤੇ ਨਾ ਪੱਕੇ ਹੋ ਪਉਣਗੇ ਤੇ ਨਾ ਉਹਨਾਂ ਦਾ ਪਾਸਪੋਰਟ ਰੀਨਿਊ ਹੋਏਗਾ ਤੇ ਨਾ ਉਹਨਾਂ ਨੂੰ ਪੀਆਰ ਮਿਲ ਪਾਏਗੀ ਬਿਲਕੁਲ ਦੋਸਤੋ ਜੀ ਮੀਰੇ ਗਰੁੱਪ ਦੀ ਪੇਸ਼ਕਸ਼ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਵੈਲਕਮ ਟੂ ਕੈਨੇਡਾ ਸੈਗਮੈਂਟ ਗੁਰਪ੍ਰੀਤ ਖੈਰਾ ਹੋਰੀ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਅੱਜ ਸਾਡੇ ਨਾਲ ਨੇ ਤੇ ਫੋਨ ਨੰਬਰ ਹੈ ਇਹਨਾਂ ਦੇ ਨਾਲ ਗੱਲ ਕਰਨ ਦੇ ਲਈ 905 670 4444 ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਇੱਕ ਵਾਰੀ ਅਪਾਇੰਟਮੈਂਟ ਬਣਾ ਕੇ ਜ਼ਰੂਰ ਮਿਲੋ ਤੇ ਤੁਹਾਨੂੰ ਐਕਸਪਰਟ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਗੁਰਪ੍ਰੀਤ ਕਹਿਰਾ ਹੋਰੀ ਸੀਡਬਲਯੂਸੀ ਇਮੀਗ੍ਰੇਸ਼ਨ 905 670 44 44 ਗੁਰਪ੍ਰੀਤ ਜੀ ਵੈਲਕਮ ਟੂ ਦ ਸ਼ੋਅ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਅਤੇ ਸਾਰੇ ਸੋਧਨ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੇ ਪਹਿਲਾਂ ਅੱਜ ਦੇ ਟੌਪਿਕ ਵੱਲ ਨੂੰ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਚਾਹਣਾ ਕੋਈ ਹੋਰ ਮੇਜਰ ਹਾਈਲਾਈਟ ਇਸ ਵੇਲੇ ਕੁਝ ਜਿਹੜੀਆਂ ਤਬਦੀਲੀਆਂ ਕੋਈ ਹੋ ਰਹੀਆਂ ਹੋਣ ਤੇ ਜਿਹੜਾ ਅੱਜ ਦਾ ਵਿਸ਼ਾ ਸੀ ਟੱਚ ਕਰਨਾ ਬੜਾ ਇੰਪੋਰਟੈਂਟ ਹੈ ਉਹ ਜਿਹਦੇ ਵਿੱਚ ਖਾਸ ਤ ਉਹ ਰੈਫਿਊਜੀ ਕੇਸਸ ਵੱਲੋਂ ਤੜਾ ਤੜਾ ਅਪਲਾਈ ਕਰ ਰਹੇ ਨੇ ਆਪਾਂ ਇਸ ਵਿਸ਼ੇ ਨੂੰ ਕਵਰ ਕਰਨਾ ਪਰ ਉਸ ਤੋਂ ਪਹਿਲਾਂ ਕੋਈ ਮੇਜਰ ਹਾਈਲਾਈਟ ਹੋਰ ਹੋਵੇ ਅ ਮੇਜਰ ਹਾਈਲਾਈਟ ਤਾਂ ਇਹ ਹੈ ਕਿ ਲੋਕ ਇੰਤਜ਼ਾਰ ਕਰ ਰਹੇ ਨੇ ਜੀ ਕਿ ਸਰਕਾਰ ਕੋਈ ਤਬਦੀਲੀ ਕਰੇ ਕੋਈ ਚੇਂਜ ਕਰੇ ਤੇ ਉਹਨਾਂ ਦੀ ਇਮੀਗ੍ਰੇਸ਼ਨ ਹੋ ਜਾਏ ਪਰ ਜਿਹੜਾ ਰਿਐਲਿਟੀ ਚੈੱਕ ਹੈਗਾ ਉਹ ਇਹ ਹੈਗਾ ਕਿ ਜੋ ਹੁਣ ਚੱਲ ਰਿਹਾ ਹੈ ਸਟੇਟਸ ਕੋ ਹੈਗਾ ਇਹ ਇਦਾਂ ਹੀ ਚਲਣਾ ਹੈਗਾ ਪਰ ਕਈ ਵਾਰੀ ਗੁਰਪ੍ਰੀਤ ਜੀ ਟਿਕਟੌਕ ਦੇ ਉੱਤੇ ਜਾਂ ਹੋਰ ਇੱਧਰ ਉੱਧਰ ਸਾਈਟਸ ਦੇ ਉੱਪਰ ਦੇਖਣ ਸੁਣਨ ਨੂੰ ਕਈ ਵਾਰੀ ਮੈਂ ਤਾਂ ਕਨਫਿਊਜ਼ ਹੋ ਜਾਂਦਾ ਜਿੱਥੇ ਹਾਲੇ ਕਿ ਆਪਾਂ ਰੋਜ਼ ਇੱਥੇ ਅਲਰਟ ਕਰਦੇ ਆਂ ਵੇਅਰ ਕਰਦੇ ਆਂ ਤੇ ਮੈਂ ਖੁਦ ਇੱਕ ਦਿਨ ਦੇਖ ਕੇ ਹੈਰਾਨ ਜਾ ਹੋ ਗਿਆ ਤੇ ਮੈਂ ਆਉਂਦੇ ਹੀ ਤੁਹਾਨੂੰ ਪੁੱਛਿਆ ਵੀ ਮੈਂ ਕਿ ਕ੍ਰਾਸ ਚੈੱਕ ਕਰਾਂ ਮੈਂ ਇੱਕ ਦਿਨ ਟਿਕਟੌਕ ਦੇ ਉੱਤੇ ਮੈਂ ਉਹ ਸਕਰੀਨਸ਼ਾਟ ਵੀ ਲੈ ਕੇ ਰੱਖਿਆ ਹੋਇਆ ਪ੍ਰਧਾਨ ਮੰਤਰੀ ਜਸਟਿਨ 2ਡਾ ਹੋਰਾਂ ਦੀ ਫੋਟੋ ਲਾ ਕੇ ਤੇ ਕਿਸੇ ਪੱਧਰ ਪੁਰਸ਼ ਨੇ ਉੱਤੇ ਲਿਖਿਆ ਕਿ ਹੁਣ ਤੁਹਾਨੂੰ ਐਲ ਐਮ ਆਈ ਲੈਣ ਦੀ ਲੋੜ ਨਹੀਂ ਆ ਮੈਂ ਟਿਕਟੌਕ ਤੇ ਬਹੁਤਾ ਬਿਲੀਵ ਕਰਨ ਨਹੀਂ ਮੰਨਦਾ ਜੀ ਉਹਦਾ ਰੀਜ਼ਨ ਹੈ ਕਿਉਂਕਿ ਉਹ ਕੋਈ ਆਥੈਂਟਿਕ ਸੋਰਸ ਤੋਂ ਇਨਫੋਰਮੇਸ਼ਨ ਨਹੀਂ ਉਹ ਤਾਂ ਫ੍ਰੀ ਪ੍ਰੈਸ ਹੈ ਹਾਂ ਹਾਂ ਕੁਝ ਵੀ ਤੁਸੀਂ ਕੁਝ ਵੀ ਲਿਖ ਤੋ ਹਾਂਜੀ ਤੇ ਉਹਦਾ ਜਿਹੜਾ ਆਥੈਂਟਿਸਿਟੀ ਹੈ ਉਹਨੂੰ ਵੈਰੀਫਾਈ ਕਰਨ ਲਈ ਤਾਂ ਕੋਈ ਯੂ ਨੋ ਕੋਈ ਵੈਟ ਕਰਨ ਲਈ ਤਾਂ ਕੋਈ ਤਰੀਕਾ ਹੈ ਨਹੀਂ ਠੀਕ ਹੈ ਪਰ ਇਹ ਦੋ ਥੋੜੇ ਮਨ ਚ ਆਉਂਦਾ ਤੁਸੀਂ ਜੋ ਮਰਜ਼ੀ ਬੋਲ ਦੋ ਪਰ ਹੁਣ ਇੱਥੇ ਆਪਾਂ ਵੀ ਟਿਕਟੌਕ ਤੇ ਲਾਈਵ ਜਾ ਰਹੇ ਆਂ ਤੇ ਸਾਡੇ ਸਰੋਤਿਆਂ ਨੂੰ ਦੱਸਿਓ ਵੀ ਜਿਹੜੀ ਸਾਡੀ ਗੱਲ ਤੇ ਯਕੀਨ ਕਿਉਂ ਕਰਿਆ ਜਾਵੇ ਬਿਲਕੁਲ ਤੁਸੀਂ ਸਹੀ ਕਿਹਾ ਜੀ ਹੁਣ ਜਿਹੜੀ ਰੈਗੂਲੇਸ਼ਨ ਹੈਗੀ ਹੈ ਹਾਂਜੀ ਸੋ ਮੈਂ ਜੇ ਸੌਖੇ ਸਬਦਾਂ ਚ ਸਮਝਾਵਾਂ ਆਪਾਂ ਡਾਕਟਰ ਤੇ ਭਰੋਸਾ ਕਿਉਂ ਕਰਦੇ ਆ ਡਾਕਟਰ ਤੇ ਪ੍ਰੋਸੈਸ ਕਰਕੇ ਕਰਦੇ ਆ ਕਿਉਂਕਿ ਆਪਾਂ ਨੂੰ ਇਹ ਵਿਸ਼ਵਾਸ ਹੈ ਆਪਾਂ ਨੂੰ ਇਹ ਪਤਾ ਹੈ ਕਿ ਉਹ ਪਹਿਲਾਂ ਉਹ ਪੜਾਈ ਕਰਨ ਗਿਆ ਸੀ ਹਾਂਜੀ ਫਿਰ ਉਸ ਤੋਂ ਬਾਅਦ ਉਹਨੇ ਉਹ ਪੜਾਈ ਕੀਤੀ ਹਾਂਜੀ ਉਸ ਤੋਂ ਬਾਅਦ ਉਹਨੂੰ ਲਾਇਸੈਂਸਿੰਗ ਐਗਜ਼ਾਮ ਮਿਲਿਆ ਜੀ ਫਿਰ ਉਹਨੇ ਲਾਇਸੈਂਸਿੰਗ ਐਗਜ਼ਾਮ ਆਪ ਦਾ ਪਾਸ ਕੀਤਾ ਫੇਰ ਉਹਨੂੰ ਜਿਹੜਾ ਰੈਗੂਲੇਟਰ ਸੀ ਲਾਇਸੈਂਸ ਕੀਤਾ ਤੇ ਫੇਰ ਉਹ ਪ੍ਰੈਕਟਿਸ ਕਰਨ ਲੱਗਿਆ ਸੋ ਆ ਸਾਰਾ ਕੁਝ ਪਬਲਿਕ ਨੂੰ ਪ੍ਰੋਟੈਕਟ ਕਰਨ ਲਈ ਕੰਜ਼ਿਊਮਰ ਨੂੰ ਪ੍ਰੋਟੈਕਟ ਕਰਨ ਲਈ ਤਾਂ ਕਿ ਉਹ ਡਾਕਟਰ ਹੈ ਜਿਹੜਾ ਉਹ ਸਹੀ ਡਾਕਟਰ ਕੋਲੇ ਪਹੁੰਚ ਸਕਣ ਹਾਂਜੀ ਉਵੇਂ ਜਿਵੇਂ ਇਮੀਗ੍ਰੇਸ਼ਨ ਪ੍ਰੋਫੈਸ਼ਨ ਵੀ ਸੇਮ ਹੈ ਰਾਈਟ ਉਹਦੇ ਵਿੱਚ ਵੀ ਪਹਿਲਾਂ ਤੁਹਾਨੂੰ ਪੜ੍ਹਾਈ ਕਰਨੀ ਪੈਂਦੀ ਹੈ ਹਾਂਜੀ ਫਿਰ ਤੁਸੀਂ ਲਾਇਸੈਂਸਿੰਗ ਐਗਜ਼ਾਮ ਲਿਖਦੇ ਹੋ ਹਾਂਜੀ ਫਿਰ ਤੁਹਾਨੂੰ ਲਾਇਸੈਂਸ ਮਿਲਦਾ ਫਿਰ ਤੁਸੀਂ ਪ੍ਰੈਕਟਿਸ ਕਰਨ ਲੱਗ ਜਾਓ ਉਸ ਤੋਂ ਬਾਅਦ ਸਪੈਸ਼ਲਾਈਜੇਸ਼ਨ ਵੀ ਹੈ ਫਿਰ ਤੁਸੀਂ ਸਪੈਸ਼ਲਾਈਜੇਸ਼ਨ ਕਰਦੇ ਹੋ ਤੇ ਫਿਰ ਤੁਹਾਨੂੰ ਜਿਹੜਾ ਅਨਰਿਸਟ੍ਰਕਟਿਡ ਲਾਇਸੈਂਸ ਉਹ ਮਿਲਦਾ ਹੈਗਾ ਸੋ ਕਿਉਂ ਭਰੋਸਾ ਕੀਤਾ ਜਾਵੇ ਕਿਉਂਕਿ ਇਹ ਇੱਕ ਰੈਗੂਲੇਟਿਡ profession ਹੈਗਾ ਸੋ ਮੈਂ ਇੱਕ ਰੈਗੂਲੇਟਿਡ professionਲ ਹੋਣ ਦੇ ਨਾਤੇ ਜੋ ਕਹਿ ਰਿਹਾ ਉਹ ਜ਼ਿੰਮੇਵਾਰੀ ਨਾ ਕਹਿ ਰਿਹਾ ਕਿਉਂਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਜਿਹੜਾ ਅਪਦਾ client ਹੈਗਾ ਉਹਦੇ ਬੈਸਟ ਇੰਟਰਸਟ ਚ ਕੰਮ ਕਰਾਂ ਤੇ ਮੇਰੇ ਜੇ ਮੈਂ ਨਹੀਂ ਕਰੂੰਗਾ ਤਾਂ ਜੇ ਮੇਰਾ ਰੈਗੂਲੇਟਰ ਹੈ ਮੇਰਾ ਲਾਇਸੈਂਸ ਲੈ ਲੂਗਾ ਹੁਣ ਜਿਹੜਾ ਕੋਈ ਲਾਇਸੈਂਸ ਤੇ ਨਹੀਂ ਉਹ ਤੋਂ ਲਾਉਂਗੇ ਤੁਸੀਂ ਕੀ ਕਿਸ਼ੋ ਜੋ ਮਰਜੀ ਬੋਲੀ ਜਾਵੇ ਔਰ ਸੇਮ ਟਾਈਮ ਤੇ ਮੇਰੇ ਖਿਆਲ ਤੇ ਅਸੀਂ ਆਪਣੀ ਪੋਜੀਸ਼ਨ ਨੂੰ ਵੀ ਮੈਂ ਇੱਥੇ ਕਲੀਅਰ ਕਰਨਾ ਹੋਵੇ ਤਾਂ ਸੀਆਰਟੀਸੀ ਦੇ ਵੱਲੋਂ ਰੈਗੂਲੇਟਡ ਇੱਕ ਚੈਨਲ ਦੇ ਉੱਪਰ ਬੈਠ ਕੇ ਬਿਲਕੁਲ ਫੁੱਲ ਫਲੈਜ 24/7 ਸਾਡਾ ਇਹ ਚੈਨਲ ਹੈ ਬ੍ਰੈਂਟਨ ਬੇਸਡ ਸਾਡਾ ਚੈਨਲ ਹੈ ਜਿੱਥੇ ਅਸੀਂ ਨਾ ਸਿਰਫ ਕੱਲਾ ਟਿਕਟੌਕ ਤੇ ਨਹੀਂ ਬੈਠ ਕੇ ਵੀਡੀਓ ਬਣਾ ਰਹੇ ਅਸੀਂ ਰੇਡੀਓ ਤੇ ਨਾਲ ਆਈ ਪੀ ਟੀਵੀਸ ਤੇ ਜਾਂ ਸੋਸ਼ਲ ਮੀਡੀਆ ਦੇ ਹੋਰ ਵੱਖ-ਵੱਖ ਪ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੋਰਸੇਸ ਨੇ ਜਿਨ੍ਹਾਂ ਦੇ ਨਾਲ ਸਾਨੂੰ ਤੁਸੀਂ ਦੇਖਦੇ ਸੁਣਦੇ ਹੋ ਸੋ ਸਾਡੀ ਵੀ ਇੱਕ ਉਹ ਜ਼ਿੰਮੇਵਾਰੀ ਬਣਦੀ ਕਿ ਅਸੀਂ ਇੱਥੇ ਬੈਠ ਕੇ ਕੁਝ ਵੀ ਕਿਤੇ ਵੀ ਕਿਸੇ ਵੀ ਤਰੀਕੇ ਦੇ ਨਾਲ ਜੇ ਬੋਲ ਰਹੇ ਹਾਂ ਜਾਂ ਸਾਡੇ ਸਪੌਂਸਰਸ ਵੀ ਬੋਲ ਰਹੇ ਤਾਂ ਸਾਡੀ ਵੀ ਜਵਾਬਦੇਹੀ ਕਿਸੇ ਨਾ ਕਿਸੇ ਦੇ ਨਾਲ ਨਾਲ ਹੈ ਸੋ ਇਸ ਕਰਕੇ ਦੋਸਤੋ ਅਸੀਂ ਬੇਨਤੀ ਕਰਦੇ ਹਾਂ ਕਿ ਜੀ ਸਦਕੇ ਠੀਕ ਹੈ ਵੀਡੀਓਜ਼ ਵਿਊਜ਼ ਵਗੈਰਾ ਮਿਲਣ ਲਈ ਦੇਖਣ ਦੇ ਲਈ ਕਈ ਵਾਰੀ ਅਸੀਂ ਐਕਸਾਈਟਮੈਂਟ ਜੀ ਦੇਣ ਦੇ ਲਈ ਬਹੁਤ ਸਾਰੀਆਂ ਅਲੱਗ-ਅਲੱਗ ਵੀਡੀਓਜ਼ ਦੇਖ ਲੈਣੇ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਸਾਰੀਆਂ ਗਲਤ ਹੋਣਗੀਆਂ ਪਰ ਉਹਨੂੰ ਚੈੱਕ ਇਨ ਬੈਲੈਂਸਸ ਦੇ ਲਈ ਇੱਕ ਐਕਸਪੋਰਟ ਨੂੰ ਆਨਬੋਰਡ ਕਰਨਾ ਬਹੁਤ ਲਾਜ਼ਮੀ ਹੈ ਸੋ ਇਸ ਗੱਲ ਦਾ ਵੀ ਅਸੀਂ ਜ਼ਰੂਰ ਨਾਲ ਆਪਣਾ ਇੱਕ ਜ਼ਿੰਮਾ ਲੈਂਦੇ ਹੋਏ ਆਪਣੀ ਰਿਸਪੌਂਸਿਬਿਲਟੀ ਲੈਂਦੇ ਹੋਏ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਦੀ ਕਰਦੇ ਹਾਂ ਕਿ ਬੇਸ਼ੱਕ ਅਸੀਂ ਵੀ ਵੱਖ-ਵੱਖ ਪਲੇਟਫਾਰਮਸ ਤੇ ਤੁਹਾਨੂੰ ਦੇਖ ਰਿਹਾ ਹੋਵਾਂਗੇ ਸਾਨੂੰ YouTube ਤੇ ਦੇਖ ਰਿਹਾ ਹੋਮੋਗੇ Facebook ਤੇ ਕਿਤੇ ਦੇਖ ਰਿਹਾ ਹੋਮੋਗੇ TikTok ਤੇ ਦੇਖ ਰਿਹਾ ਹੋਮੋਗੇ ਜਾਂ ਰੇਡੀਓ ਤੇ ਸਾਡੀ ਹੁਣ ਆਵਾਜ਼ ਸੁਣ ਰਿਹਾ ਹੋਮੋਗੇ ਸਾਡੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਇੱਕ ਉਪ੍ਰੇਤੀ ਸਾਡੀਆਂ Instagram ਤੇ ਤਿੰਨ ਤਿੰਨ ਚਾਰ ਚਾਰ ਲੱਖ ਵਿਊਜ਼ ਹੋਏ ਨੇ ਸਾਡੀਆਂ ਆਪਣੀਆਂ ਵੀਡੀਓਜ਼ ਦੀ ਵੀ ਗੱਲ ਕਰੀਏ ਉਤੋਂ ਵੀ ਸਾਨੂੰ ਕਿੰਨਾ ਇੱਕ ਜ਼ਿੰਮੇਵਾਰੀ ਤੇ ਰਿਸਪੌਂਸਿਬਿਲਟੀ ਦਾ ਅਹਿਸਾਸ ਹੁੰਦਾ ਸੋ ਚਾਹੇ ਉਹ ਤੁਸੀਂ ਕੈਨੇਡਾ 'ਚ ਬੈਠੇ ਹੋ ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋ ਤੇ ਸਾਡੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਉਹਨਾਂ ਦੇ ਉੱਤੇ ਖਿਆਲ ਨਾਲ ਗੌਰ ਕਰਕੇ ਔਰ ਇੱਕ ਚੀਜ਼ ਹੋਰ ਕਿ ਟੌਪਿਕ ਤੇ ਜਾਣ ਤੋਂ ਪਹਿਲਾਂ ਵੀ ਉਹ ਸਾਰਿਆਂ ਦੇ ਲਈ ਫਿੱਟ ਨਹੀਂ ਬੈਠ ਸਕਦੀਆਂ ਜਿਹੜੀਆਂ ਗੱਲਾਂ ਇੱਥੇ ਕਰਦੇ ਆਂ ਉਹਦੇ ਲਈ ਪ੍ਰੋਪਰ ਇੱਕ ਅੰਡਰਸਟੈਂਡਿੰਗ ਦੇ ਲਈ ਅਪਾਇੰਟਮੈਂਟ ਬਣਾ ਕੇ ਇਹਨਾਂ ਦੇ ਨਾਲ ਗੱਲ ਕਰੋ 905 670 4444 ਤੇ ਅੱਜ ਦੀ ਸਰ ਗੱਲਬਾਤ ਨੂੰ ਹੁਣ ਅੱਗੇ ਤੋਰੀਏ ਸਟੂਡੈਂਟਸ ਦੇ ਬਾਰੇ ਵਿੱਚ ਇੱਕ ਚਰਚਾ ਜੜੀ ਹੋਈ ਹੈ ਔਰ ਇਵਨ ਮੈਂ ਮੇਨਸਟ੍ਰੀਮ ਦੇ ਵਿੱਚ ਵੀ ਪੜ ਰਿਹਾ ਸੀ ਕਿ ਕਈ ਥਾਵਾਂ ਦੇ ਉੱਤੇ ਨਿਊਜ਼ ਫਲੈਸ਼ ਹੋ ਰਹੀਆਂ ਨੇ ਗਲੋਬਲ ਮੇਲ ਦੇ ਉੱਤੇ ਵੀ ਇੱਕ ਸਪੈਸ਼ਲ ਆਰਟੀਕਲ ਤੇ ਰਿਪੋਰਟ ਜਾਰੀ ਕੀਤੀ ਗਈ ਜਿਹਦੇ ਵਿੱਚ ਇਹ ਇੱਕ ਕਨਸਰਨ ਦੇ ਤੌਰ ਦੇ ਉੱਤੇ ਇਹਨੂੰ ਲਿਆ ਗਿਆ ਕਿ ਧੜਾ ਧੜ ਜਿਹੜੀਆਂ ਆਪਣੀਆਂ ਫਾਈਲਜ਼ ਨੇ ਉਹ ਰੈਫਿਊਜੀ ਕੇਸਸ ਦੀਆਂ ਸਟੂਡੈਂਟਸ ਵੱਲੋਂ ਲਗਾਈਆਂ ਜਾ ਰਹੀਆਂ ਨੇ ਥੋੜਾ ਜਿਹਾ ਆਪਾਂ ਇਸ ਗੱਲ ਨੂੰ ਕਲੀਅਰ ਕਰੀਏ ਕੀ ਹੋ ਰਿਹਾ ਹੈ ਇਸ ਵੇਲੇ ਬਿਲਕੁਲ ਜੀ ਤੁਸੀਂ ਹੈਰਾਨ ਹੋ ਚੋਗੇ ਜਿਹੜਾ ਜਿੰਨੀ ਵਾਅਦਾ ਹੋਇਆ ਇਸ ਚੱਲਣ ਦੇ ਵਿੱਚੋਂ ਓਵਰਆਲ 1500% ਵਾਧਾ ਹੋਇਆ ਹੈ ਰਫਿਜੀ ਕਲੇਮਾਂ ਚ ਸਟੂਡੈਂਟਸ ਦਾ ਰਫਿਜੀ ਕਲੇਮਾਂ ਚ 1500% ਵਾਧਾ ਅੱਛਾ ਤੇ ਕਈ ਇਹੋ ਜਿਹੇ ਕਾਲਜੇਸ ਨੇ ਜਿੱਥੇ 4000% ਵਾਧਾ ਹੋਇਆ ਹੈ ਸਟੂਡੈਂਟਸ ਦੀਆਂ ਹੀ ਐਪਲੀਕੇਸ਼ਨ ਰਫਿਜੀਜ਼ ਦੇ ਕੇਸਸ ਦੇ ਤੌਰ ਤੇ ਜਿੱਥੇ ਉਹਨਾਂ ਨੇ ਸਟੂਡੈਂਟ ਐ ਰਫਿਜੀ ਕਲੇਮ ਅਪਲਾਈ ਕੀਤਾ ਹੈਗਾ ਹੁਣ ਪ੍ਰੋਬਲਮ ਕਿੱਥੇ ਹੈਗੀ ਹੈ ਪ੍ਰੋਬਲਮ ਹੈਗੀ ਹੈ ਕਿ ਇਨਟਾਈਸਮੈਂਟ ਹੈਗੀ ਹੈ ਲਾਲਚ ਹੈਗਾ ਉਹ ਲਾਲਚ ਕੀ ਹੈ ਹਾਂਜੀ ਕਿ ਮੈਂ ਅੱਜ ਰੈਫਿਜੀ ਕਲੇਮ ਫਾਈਲ ਕਰਾਂ ਤੇ ਮੈਨੂੰ 4 ਸਾਲ ਦਾ ਵਰਕ ਪਰਮਿਟ ਓਪਨ ਪਰਮਿਟ ਮਿਲ ਜਾਣਾ ਹੈ ਹਾਂਜੀ ਤੇ ਉਹ ਤੋਂ ਬਾਅਦ ਜਿਹੜੀ ਮੇਰੀ ਸੁਣਵਾਈ ਦੀ ਵਾਰੀ ਆਊਗੀ ਜੇ ਸੁਣਵਾਈ ਦੀ ਵਾਰੀ ਆ ਗਈ ਉਹ ਤੋਂ ਬਾਅਦ ਫਿਰ ਮੈਂ ਅੱਗੇ ਅਪੀਲ ਕਰਨ ਦਾ ਟਾਈਮ ਹੈ ਤੇ ਫਿਰ ਫਿਰ ਮੇਰਾ ਜਿਹੜਾ ਅੱਗੇ ਮੈਨੂੰ ਓਪਨ ਪਰਮਿਟ ਮਿਲਦਾ ਜਾਊਗਾ ਓਕੇ ਹੁਣ ਇਹ ਲਾਲਚ ਹੈ ਜਿਹੜਾ ਹੈ ਵਾਅਦੇ 'ਚ ਹੋਰ ਵਾਅਦਾ ਕਰਦਾ ਜਾਊਗਾ ਉਹ ਕਿਉਂ ਵਾਅਦਾ ਕਰਦਾ ਜਾਊਗਾ ਆਪਾਂ ਨੂੰ ਥੋੜਾ ਜਿਹਾ ਕਾਨੂੰਨ 'ਚ ਹਰਜੰਤ ਪਿੱਛੇ ਜਾਣਾ ਪੈਣਾ ਹੈ ਸਾਲ 2012 28 ਦਸੰਬਰ ਨੂੰ ਉਦੋਂ ਕੰਜ਼ਰਵੇਟਿਵ ਪਾਵਰ ਦੇ ਵਿੱਚ ਸੀਗੇ ਹਰਪਰ ਗਵਰਨਮੈਂਟ ਸੀ ਉਦੋਂ ਉਦੋਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚੋਂ ਰਿਫਿਊਜੀ ਰਿਫਾਰਮ ਐਕਟ ਲੈ ਕੇ ਆਂਦਾ ਰਿਫਿਊਜੀ ਰਿਫਾਰਮ ਐਕਟ ਸਾਲ 2012 28 ਦਸੰਬਰ ਨੂੰ ਲਾਗੂ ਹੋ ਗਿਆ ਤੁਸੀਂ ਹੈਰਾਨ ਹੋ ਜਾਓਗੇ ਸਾਲ 2013 ਦੇ ਵਿੱਚੋਂ ਇੰਡੀਆ ਤੋਂ ਸਪੈਸੀਫਿਕਲੀ ਸਿਰਫ 163 ਲੋਕਾਂ ਨੇ ਰਿਫਿਊਜੀ ਕਲੇਮ ਕੀਤਾ ਸਾਲ 2013 ਚ ਰਿਫਿਊਜੀ ਰਿਫਾਰਮ ਐਕਟ ਦੇ ਲਾਗੂ ਹੋਣ ਤੋਂ ਬਾਅਦ ਓਕੇ ਉਹਦਾ ਕੀ ਕਾਰਨ ਸੀਗਾ ਸਭ ਤੋਂ ਪਹਿਲਾਂ ਤਾਂ ਇਹ ਕਾਰਨ ਸੀ ਕਿ ਉਹ ਕਾਨੂੰਨ ਜ਼ਰੂਰੀ ਬਣਾਉਂਦਾ ਸੀ ਕਿ 60 ਦਿਨਾਂ ਦੇ ਵਿੱਚ ਵਿੱਚ ਰੈਫਿਊਜੀ ਕਲੇਮ ਤੇ ਫੈਸਲਾ ਹੋਪੇ ਓਕੇ ਨਾਲ ਦੀ ਨਾਲ ਉਹ ਯਕੀਨੀ ਬਣਾਉਂਦਾ ਸੀ ਕਾਨੂੰਨ ਕਿ ਜਦੋਂ ਫੈਸਲਾ ਹੋ ਗਿਆ ਉਸ ਤੋਂ ਬਾਅਦ ਚ ਇੱਕ ਸਾਲ ਤੁਹਾਨੂੰ ਹੋਰ ਕੋਈ ਵੀ ਅਰਜ਼ੀ ਕਰਨ ਦੀ ਮਨਜ਼ੂਰੀ ਨਹੀਂ ਹੈਗੀ ਮਤਲਬ ਜੇ 60 ਦਿਨਾਂ ਚ ਫੈਸਲਾ ਹੋ ਗਿਆ ਤੇ ਤੁਹਾਡੇ ਖਿਲਾਫ ਹੋ ਗਿਆ ਤੇ ਤੁਹਾਨੂੰ ਨਾਲ ਦੀ ਨਾਲ ਦੇਸ਼ ਛੋ ਰਿਮੂਵ ਕਰ ਦਿੱਤਾ ਜਾਊਗਾ ਹੁਣ ਜਦੋਂ ਲਾਲਚੇ ਖਤਮ ਹੋ ਗਿਆ ਕਿ 60 ਦਿਨਾਂ ਚ ਫੈਸਲਾ ਹੋ ਜਾਣਾ ਹੈ ਉਸ ਤੋਂ ਬਾਅਦ ਜੇ ਤੁਹਾਡਾ ਕਲੇਮ ਨਾਮਜ਼ੂਰ ਹੋ ਗਿਆ ਤੁਹਾਨੂੰ ਦੇਸ਼ ਛੋ ਕੱਢ ਦਿੱਤਾ ਜਾਣਾ ਤੇ ਤੁਸੀਂ ਵਾਪਸ ਕਦੇ ਆ ਨਹੀਂ ਸਕਦੇ ਕਿਉਂ ਲੋਕ ਰਿਫਿਊਜੀ ਕਲੇਮ ਫਾਈਲ ਕਰਨਗੇ ਸੋ ਉਹ ਨੰਬਰ ਅਚਾਨਕ ਥੱਲੇ ਚਲੇ ਗਿਆ ਇਹ ਓਵਰਆਲ ਹੈ ਨੰਬਰ ਥੱਲੇ ਚ ਰਹਿ ਗਿਆ ਤੇ ਦੂਜਾ ਉਹਨਾਂ ਨੇ ਇੱਕ ਐਲੀਜੀਬਿਲਟੀ ਕ੍ਰਾਈਟੇਰੀਆ ਬਣਾਇਆ ਪਹਿਲਾਂ ਹਰ ਕੋਈ ਬੰਦਾ ਜਾ ਕੇ ਇਮੀਗ੍ਰੇਸ਼ਨ ਰੈਫਿਜੀ ਬੋਰਡ ਜਿਹੜਾ ਕੋਰਟ ਹੈ ਉੱਥੇ ਆਪਣਾ ਰੈਫਿਜੀ ਕਲੇਮ ਫਾਈਲ ਕਰ ਸਕਦਾ ਸੀ ਓਕੇ ਉਹਨਾਂ ਨੇ ਇੱਕ ਹੋਰ ਉਹਦੇ ਅੱਗੇ ਇੱਕ ਸੈਪਰੇਸ਼ਨ ਲੇਅਰ ਬਣਾਤਾ ਕਿ ਪਹਿਲਾਂ ਇਹ ਦੇਖਿਆ ਜਾਵੇ ਕਿ ਕਲੇਮ ਫਾਈਲ ਕਰਨ ਲਈ ਐਲੀਜੀਬਲ ਹੈ ਕਿ ਨਹੀਂ ਹੈ ਹਾਂਜੀ ਉਹਦੇ ਲਈ ਇਹ ਜ਼ਿੰਮੇਵਾਰੀ ਬਿਊਰੋਕਰੇਟ ਨੂੰ ਦੇਤੀ ਇਮੀਗ੍ਰੇਸ਼ਨ ਆਫਸਰ ਨੂੰ ਦੇਤੀ ਸੋ ਉਹ ਜਿਸ ਨੂੰ ਦੇਖਣਾ ਕਿ ਇਹ ਹਿਊਮਰਾਈਟ ਵਾਇਲੇਸ਼ਨ ਤਾਂ ਨਹੀਂ ਕੀਤੀ ਇਹ ਰਿਮੂਵਲ ਆਰਡਰ ਤੇ ਲੈਤਾ ਨਹੀਂ ਹੈਗਾ ਇਹ ਟੂਰਿਸਟ ਐਕਟੀਵਿਟੀ ਚਾਹਾਂ ਇਨਵੋਲਡ ਹੈਗਾ ਇੱਕ ਕ੍ਰਿਮੀਨੈਲਿਟੀ ਚ ਤਾਂ ਨਹੀਂ ਇਨਵੋਲਡ ਹੈਗਾ ਇਹਨੇ ਪਹਿਲਾਂ ਤਾਂ ਨਹੀਂ ਰਿਫਿਊਜੀ ਕਲੇਮ ਕੀਤਾ ਆ ਸਾਰੀਆਂ ਪਰਤਾਂ ਪੂਰੀਆਂ ਕਰਨ ਤੋਂ ਬਾਅਦ ਕੋਰਟ 'ਚ ਮਾਮਲਾ ਜਾ ਸਕਦਾ ਸੀ ਤਾਂ ਕਿ ਕੋਰਟ ਓਵਰ ਵੈਲਮ ਨਾ ਹੋਣ ਤਾਂ ਕਿ ਰੋਗ ਰਿਫਿਊਜੀ ਕਲੇਮ ਫਾਈਲ ਕਰਨ ਤੋਂ 60 ਦਿਨਾਂ 'ਚ ਫੈਸਲਾ ਨਾ ਕਰ ਇਹ ਬਹੁਤ ਵਧੀਆ ਸਿਸਟਮ ਚੱਲ ਰਿਹਾ ਸੀ ਠੀਕ ਹੈ ਸਾਲ 2014 ਆਉਂਦਾ ਤੁਹਾਨੂੰ ਯਾਦ ਹੋਣਾ ਇਲੈਕਸ਼ਨ ਇਅਰ ਸੀ ਹਾਂਜੀ ਉਸ ਸਮੇਂ refugee crisis ਸ਼ੁਰੂ ਹੋ ਗਿਆ ਸੀਰੀਆ ਦੇ ਵਿੱਚੋਂ ਓਕੇ ਤੇ ਇੱਕ ਛੋਟੇ ਬੱਚੇ ਦੀ লাশ ਤਰਕੇ ਤਰਕੀ ਦੇ ਸਮੁੰਦਰ ਚ ਵੀ ਆ ਗਈ ਸੀਗੀ ਓਕੇ ਉਹ লাশ ਸਾਰੇ ਅਖਬਾਰਾਂ ਚ ਵੀ ਜਿਹੜੀ ਆਈ ਉਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਅਚਾਨਕ 40000 ਸੀਰੀਅਨ ਰੈਫਿਊਜੀਜ਼ ਨੂੰ ਸੱਦਣ ਦਾ ਫੈਸਲਾ ਕਰ ਲਿਆ ਰਾਈ ਹੁਣ ਤੁਸੀਂ ਅਚਾਨਕ 40000 ਲੋਕਾਂ ਨੂੰ ਸਿਸਟਮ ਦੇ ਵਿੱਚੋਂ ਲੈ ਆਏ ਅਚਾਨਕ ਹਾਂਜੀ ਕੋਰਟ ਸੋਨੀਆ ਨਹੀਂ ਹੈਗੀ ਹਾਂ ਬਿਨਾਂ ਕਿਸੇ ਤਿਆਰੀ ਦੇ ਬਿਨਾਂ ਕਿਸੇ ਤਿਆਰੀ ਦੇ ਜੱਜ ਹੋਨੇ ਨਹੀਂ ਹੈਗੇ ਸਿਰਫ ਇਮੋਸ਼ਨਲ ਗਰਾਉਂਡ ਤੇ ਕੋਰਟ ਕਿਵੇਂ ਤੁਸੀਂ ਉਹ 40000 ਬੰਦਿਆਂ ਦਾ ਫੈਸਲਾ ਕਿਵੇਂ ਕਰ ਦੇਣਾ 60 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਉਸ ਤੋਂ ਬਾਅਦ ਉਹ ਬੈਕਲੌਗ ਵਧਣਾ ਸ਼ੁਰੂ ਹੋ ਗਿਆ ਓਕੇ ਉਹ ਤੋਂ ਬਾਅਦ ਜਦੋਂ ਟਰੰਪ ਪ੍ਰੈਜ਼ੀਡੈਂਟ ਬਣਿਆ ਉਹ ਤੋਂ ਅਮਰੀਕਾ ਤੋਂ ਲੋਕ ਆਉਣੇ ਸ਼ੁਰੂ ਹੋ ਗਏ ਰੌਕਸਨ ਰੋਡ ਤੋਂ ਹਾਂਜੀ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਆ ਗਏ ਹੁਣ ਜਦੋਂ ਬਹੁਤ ਵੱਡੀ ਤਾਦਾਦ ਚੋਂ ਲੋਕ ਆ ਗਏ ਤਾਂ ਨਾ ਆਪਣੇ ਕੋ ਕੋਰਟ ਰੂਮਸ ਨੇ ਉਹਨੇ ਨਾ ਆਪਣੇ ਕੋ ਜੱਜ ਨੇ ਨਾ ਆਪਣੇ ਕੋ ਸਰਕਾਰੀ ਵਕੀਲ ਨੇ ਨਾ ਇਹ ਆਪਣੇ ਕੋ ਜਿਹੜਾ ਹੁਣ ਕਾਉਂਸਲ ਨੂੰ ਰਿਪਰੈਜ਼ੈਂਟ ਕਰਦਾ ਉਹਦੂ ਕੋ ਵੀ ਤਾਂ ਤਰੀਕ ਚਾਹੀਦੀ ਹੈ ਨਾ ਨਾ ਉਹਨੇ ਸੋ ਟਾਈਮ ਵਧਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਕੋਵਿਡ ਆ ਗਿਆ ਹਾਂਜੀ ਕੋਵਿਡ ਆ ਕੇ ਉਹ ਇੰਟਰਵਿਊ ਕਰਨ ਦਾ ਸਮਾਂ ਵਧਣ ਲੱਗ ਗਿਆ ਇੱਕਦਮ ਉਹ ਸਾਰਾ ਸਿਸਟਮ ਦੇ ਉੱਤੇ ਪ੍ਰੈਸ਼ਰ ਬਣ ਗਿਆ ਜਦੋਂ ਇਹ ਪ੍ਰੈਸ਼ਰ ਬਣਿਆ ਤਾਂ 60 ਦਿਨਾਂ ਵਾਲਾ ਕਾਨੂੰਨ ਤਾਂ ਕਿਤੇ ਦਾ ਰਾਹ ਚ ਰਹਿ ਗਿਆ ਰਾਈ ਪਹਿਲਾਂ ਇਹ ਸਾਲ ਕ ਸਮਾਂ ਲੱਗਣ ਲੱਗਿਆ ਫਿਰ 2 ਲੱਗਣ ਲੱਗਿਆ ਫਿਰ 3 ਲੱਗਣ ਲੱਗਿਆ ਇਸ ਵਾਰ 4 ਲੱਗਣ ਲੱਗਿਆ ਮਤਲਬ ਕਿ ਅਜਰਫੂਜੀ ਕਲੇਮ ਕਰ ਦੋਗੇ 4 ਸਾਲ ਤਾ ਥੋੜੀ ਵਾਰੀ ਹੋ ਨਹੀਂ ਆਉਣੀ ਸੁਣਵਾਈ ਦੀ ਤੁਹਾਨੂੰ 4 ਸਾਲ ਦਾ ਵਰਕ ਪਰਮਿਟ ਜਿਹੜਾ ਉਹ ਮਿਲ ਜਾਊਗਾ ਹਾਂਜੀ ਹੁਣ ਜਦੋਂ ਇਹ ਮਿਲਣ ਲੱਗ ਗਿਆ ਤਾਂ ਉਹ ਨਾਲ ਦੀ ਨਾਲ ਵਧਾਉਣ ਲੱਗ ਗਿਆ ਹੁਣ ਜ्यों ਜਿਆਦੇ ਲੋਕ ਅਪਲਾਈ ਕਰਨਾ ਸ਼ੁਰੂ ਕਰ ਦੇਣਗੇ ਤੇ ਉਦੋਂ ਸਮਾਂ ਹੋਰ ਵੱਧਦਾ ਜਾਊਗਾ ਹਾਂਜੀ ਕਿਉਂਕਿ ਆਪਣੇ ਕੋਲ ਤਾਂ ਸੋ ਮੱਚ ਰਿਸੋਰਸਸ ਨੇ ਨਾ ਸੋ ਮੱਚ ਕੋਰਟ ਰੂਮ ਨੇ ਸੋ ਮੱਚ ਜੱਜ ਸੁਣਵਾਈ ਕਰ ਸਕਦੇ ਨੇ ਦੇਹਾੜੀ ਚ ਦੋ ਪੇਸ਼ੀਆਂ ਤੋਂ ਬਾਅਦ ਕਿਵੇਂ ਲੈ ਸਕਦੇ ਨੇ ਰਾਈਟ ਰਾਈਟ ਤੇ ਬਾਕੀ ਉਹਨਾਂ ਫੈਸਲੇ ਲਿਖਣੇ ਨੇ ਸੱਤੇ ਦਿਨ ਤਾਂ ਕੰਮ ਵੀ ਨਹੀਂ ਕਰਦੇ ਪੰਜ ਦਿਨ ਕੰਮ ਕਰਦੇ ਨੇ ਚਾਰ ਸੁਣਵਾਈਆਂ ਕਰ ਲੀਆਂ ਉਹ ਤੋਂ ਬਾਅਦ ਫੈਸਲੇ ਵੀ ਲਿਖਣੇ ਆ ਹੋਰ ਸਮਾਂ ਹੋਰ ਵਾਧਾ ਜਾ ਰਿਹਾ ਰਾਈਟ ਤੇ ਹੁਣ ਇਸ ਵੇਲੇ ਆਪਾਂ ਕਿੱਥੇ ਆ ਕੇ ਖੜ ਗਏ ਜੀ ਫਿਰ ਹੁਣ ਇਸ ਵੇਲੇ ਖੜੇ ਆ ਕਿ ਅਗਲੇ ਆਉਣ ਵਾਲੇ ਸਮੇਂ ਚ ਮੇਰਾ ਇਹ ਅੰਦਾਜ਼ਾ ਹੈਗਾ ਕਿ 5 ਸਾਲ ਦਾ ਸਮਾਂ ਲੱਗਣਾ ਸ਼ੁਰੂ ਹੋ ਜਾਊਗਾ ਸੋ ਜਦੋਂ ਸੋ ਜੇ ਅੱਜ ਕੋਈ ਬੰਦਾ ਰੈਫਿਊਜੀ ਐਪਲੀਕੇਸ਼ਨ ਫਾਈਲ ਕਰਦਾ ਹੈ ਉਹਦੀ ਸੁਣਵਾਈ ਹੈ ਜਿਹੜੀ ਕੋਈ ਜਿ ਤਰੀਕ ਆਉਣੀ ਹੋ 5 ਸਾਲ ਲੱਗ ਜਾਣਗੇ ਓਕੇ ਸੋ ਜਦੋਂ ਇਹ ਹੋਊਗਾ ਤਾਂ ਉਨਾਂ ਹੀ ਥੋੜਾ ਤੁਹਾਨੂੰ 5 ਸਾਲ ਦਾ ਪਰਮਿਟ ਮਿਲ ਗਿਆ ਹੁਣ ਕੱਲਾ ਇੱਥੇ ਨਹੀਂ ਹੋਇਆ ਵਿਜ਼ਿਟਰਸ 1 ਲੱਖ ਅਬਾਊਂਡ 159000 ਲੋਕਾਂ ਨੂੰ ਵਿਜ਼ਿਟਰ ਵੀਜ਼ੇ ਦਿੱਤੇ ਗਏ ਜਿਨ੍ਹਾਂ ਚੋਂ 19000 ਲੋਕਾਂ ਨੇ ਆ ਕੇ ਇੱਥੇ ਰੈਫਿਜੀ ਕਲੇਮ ਕਰ ਲਿਆ ਪਿਛਲੇ ਸਾਲ ਅੱਛਾ ਇੱਕ ਸਵਾਲ ਮੈਂ ਇੱਥੇ ਇੰਟਰਪਟ ਕਰ ਰਿਹਾ ਸੀ ਤੁਹਾਨੂੰ ਹੋ ਸਕਦਾ ਕਿ ਤੇ ਬੈਕ ਆਫ ਦਾ ਮਾਈਂਡ ਜਿਹੜੇ ਲੋਕ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੋਵੇ ਕਿ ਸਾਨੂੰ ਹੁਣ ਇੱਕ ਐਕਸਟੈਂਸ਼ਨ ਦੀ ਤਰ੍ਹਾਂ ਸਾਨੂੰ ਮਿਲ ਗਿਆ ਸਾਨੂੰ ਵਰਕ ਪਰਮਿਟ ਮਿਲੀ ਜਾਣਾ ਐਕਸਟੈਂਸ਼ਨ ਮਿਲੀ ਜਾਣੀ ਐਸੀਂ ਲੀਗਲੀ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਆਂ ਬੇਸ਼ੱਕ ਅਪਲਾਈ ਕੀਤਾ ਹੋਇਆ ਡਿਊਰਿੰਗ ਥੈਟ ਟਾਈਮ ਕੀ ਉਹਨਾਂ ਦੇ ਕੋਲ ਇਹ ਫਲੈਕਸੀਬਿਲਟੀ ਹੁੰਦੀ ਆ ਕਿ ਉਹ ਆਪਣਾ ਪ੍ਰੋਸੈਸ ਦਾ ਕ੍ਰਾਈਟੇਰੀਆ ਚੇਂਜ ਕਰਕੇ ਕਿਸੇ ਹੋਰ ਕ੍ਰਾਈਟੇਰੀਆ ਦੇ ਵਿੱਚ ਅਪਲਾਈ ਕਰ ਲੈਣ ਵੀ ਤਾਂ ਕਿ ਅਸੀਂ ਉਸ ਤੋਂ ਪਹਿਲਾਂ ਪਹਿਲਾਂ ਪੀਆਰ ਲੈ ਲਈਏ ਬਿਲਕੁਲ ਵੀ ਨਹੀਂ ਹੋ ਸਕਦਾ ਜੀ ਓਕੇ ਜਦੋਂ ਹੀ ਤੁਸੀਂ ਰੈਫਿਜੀ ਕਲੇਮ ਫਾਈਲ ਕਰਦੇ अच्छा उस समय ਤੁਹਾਨੂੰ ਇੱਕ ਅਨਇਨਫੋਰਸੇਬਲ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ ਤੁਹਾਡੇ ਖਿਲਾਫ اچھا ਦੇਸ਼ ਨਿਕਾਲੇ ਦਾ ਆਰਡਰ ਹੁੰਦਾ ਹਮ ਪਰ ਉਹ ਇਨਫੋਰਸੇਬਲ ਨਹੀਂ ਹੁੰਦਾ ਉਹ ਲਾਗੂ ਨਹੀਂ ਮੰਨਿਆ ਜਾ ਸਕਦਾ ਜਦੋਂ ਤੱਕ ਤੁਹਾਡੇ ਕੇਸ ਤੇ ਫੈਸਲਾ ਨਾ ਹੋ ਜੇ ਤੁਸੀਂ ਕੰਮ ਕਰਨ ਲਈ ਐਲੀਜੀਬਲ ਹੈਗੇ ਹੋ ਬਿਲਕੁਲ ਤੁਹਾਨੂੰ ਵਰਕ ਪਰਮਿਟ ਮਿਲੇਗਾ ਠੀਕ ਹੁਣ ਜਦੋਂ ਤੁਹਾਡੇ ਤੁਸੀਂ ਅੰਡਰ ਅ ਰਿਮੂਵਲ ਆਰਡਰ ਹੋ ਤਾਂ ਤੁਸੀਂ ਇਨਐਡਮਿਸਿਬਲ ਹੋ ਜੰਨੇ ਹੋ ਹੋਰ ਕਿਸੇ ਵੀ ਕੈਟਾਗਰੀ ਚ ਅਪਲਾਈ ਕਰਨ ਲਈ ਨਾ ਦਾ ਖਲਾਯੋਗ ਹੋਗੇ ਸੋ ਤੁਸੀਂ ਹੁਣ ਜਦੋਂ ਤੁਸੀਂ ਕਲੇਮ ਕਰ ਲਿਆ ਤਾਂ ਤੁਸੀਂ ਰੈਫਿਊਜੀ ਕਲੇਮ ਲਈ ਹੀ ਸਟਕ ਹੋਗੇ ਸਿਰਫ ਇੱਕੋ ਹੀ ਅਰਜ਼ੀ ਹੈ ਜਿਹੜੀ ਤੁਸੀਂ ਕਰ ਸਕਦੇ ਹੋ ਉਹ ਹੈਗੀ ਹੈ ਵਿਦਨ ਕੈਨੇਡਾ ਵਿਆਹ ਵਾਲਾ ਕੇਸ ਹੈ ਜਿਹੜਾ ਸਪਾਊਸਲ ਅਪਲੀਕੇਸ਼ਨ ਵਿਦਨ ਕੈਨੇਡਾ ਜੇ ਤੁਹਾਡਾ ਕਿਸੇ ਕੈਨੇਡੀਅਨ ਸਿਟੀਜ਼ਨ ਜਾਂ ਪਾਵਰ ਨਾ ਪ੍ਰੈਜ਼ੀਡੈਂਟ ਨਾਲ ਵਿਆਹ ਹੋ ਜਾਂਦਾ ਉਹ ਅਰਜ਼ੀ ਤੁਸੀਂ ਕਰ ਸਕਦੇ ਹੋ ਐਗਜ਼ੈਂਪਸ਼ਨ ਹੈ ਉਸ ਤੋਂ ਇਲਾਵਾ ਹੋਰ ਕੋਈ ਵੀ ਅਰਜ਼ੀ ਤੁਸੀਂ ਨਹੀਂ ਕਰ ਸਕਦੇ ਤੇ ਦੂਜਾ ਇਹਦੇ ਨਾਲ ਜਦੋਂ ਤੁਹਾਡਾ ਓਕੇ ਇਸ ਰਿਫਿਊਜ਼ ਹੋਇਆ ਉਸ ਤੋਂ ਬਾਅਦ ਤੁਸੀਂ ਅੱਗੇ ਅਪੀਲ ਕੀਤੀ ਤਾਂ ਵੀ ਤੁਹਾਨੂੰ ਵਰਕ ਪਰਮਿਟ ਮਿਲੂਗਾ ਜਾਊਗਾ ਹਾਂਜੀ ਹੁਣ ਜੇ ਤੁਹਾਡਾ ਮੰਨ ਲਓ ਇਸ ਸਮੇਂ ਦੌਰਾਨ ਪਾਸਪੋਰਟ ਐਕਸਪਾਇਰ ਹੋ ਗਿਆ ਓਕੇ ਦੈਟਸ ਵੈਰ ਇੰਡੀਅਨ ਗਵਰਨਮੈਂਟ ਦੀਏ ਪਾਲਿਸੀ ਹੈ ਕਿ ਉਹ ਰਿਫਿਊਜੀ ਕਲੇਮੈਂਟਸ ਨੂੰ ਪਾਸਪੋਰਟ ਨਹੀਂ ਦਿੰਦੇ ਹੁਣ ਜੇ ਤੁਹਾਨੂੰ ਪਾਸਪੋਰਟ ਨਹੀਂ ਦਿੱਤਾ ਚਾਹੇ ਉਹ ਆਰਡਰ ਇਨਫੋਰਸੇਬਲ ਵੀ ਹੋ ਜਾਏ ਤਾਂ ਵੀ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਹਾਨੂੰ ਪਾਸਪੋਰਟ ਚਾਹੀਦਾ ਟਰੈਵਲ ਡਾਕੂਮੈਂਟ ਚਾਹੀਦਾ ਇੰਡੀਅਨ ਗਵਰਨਮੈਂਟ ਤੁਹਾਨੂੰ ਟਾਵਲ ਡਾਕੂਮੈਂਟ ਨਹੀਂ ਦੇ ਰਹੀ ਇਹਦਾ ਮਤਲਬ ਤੁਹਾਨੂੰ ਰਿਮੂਵ ਹੀ ਨਹੀਂ ਕੀਤਾ ਜਾ ਸਕਦਾ ਸੋ ਹੁਣ ਇਹ ਹੋ ਗਿਆ ਕਿ ਤੁਸੀਂ ਫਸ ਗਏ ਕਸੂਤੇ ਫਸ ਗਏ ਬਿਲਕੁਲ ਇਸ ਕੇਸ ਚ ਤਾਂ ਹੋਰ ਵੀ ਜ਼ਿਆਦਾ ਇੱਕ 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 ਜ਼ਿਆਦਾ ਵੱਡੀ ਟੈਨਸ਼ਨ ਹੋ ਗਈ ਕਿ ਹੁਣ ਚਾਹੇ ਬੰਦਾ ਸੋਚੇ ਕਿ ਕੋਈ ਗੱਲ ਨਹੀਂ ਮੈਂ ਵਿਆਹ ਕਰਵਾ ਲਿਆ ਹੁਣ ਪਰ ਨਾ ਤਾਂ ਜਿਹੜਾ ਉਹਦਾ ਸਪਾਊਸ ਵਾਲੀ ਫੈਮਿਲੀ ਹੈ ਜਾਂ ਸਪਾਊਸ ਹੈ ਉਹਨੇ ਪਹਿਲਾਂ ਇਹ ਗੱਲ ਕੋਖ ਹਪੜਤਾਲ ਕੀਤੀ ਕਿ ਕਿਹਦੇ ਪਾਸਪੋਰਟ ਦੀ ਮਿਆਦ ਹੈ ਕਿ ਨਹੀਂ ਹੈ ਨਾ ਉਹਨਾਂ ਨੇ ਕਿਸੇ ਨਾਲ ਕੰਸਲਟ ਕੀਤਾ ਹੋਣਾ ਇਦਾਂ ਦੇ ਕਿੰਨੇ ਕੇਸਿਸ ਹੋਣਗੇ ਕਿ ਉਹ ਦੋਨੋਂ ਕਪਲ ਹੀ ਹੁਣ ਲਟਕ ਰਹੇ ਨੇ ਬਿਲਕੁਲ ਜੀ ਐਬਸੋਲੂਟਲੀ ਉਹ ਨਾ ਪੱਕੇ ਹੋ ਪਉਣਗੇ ਤੇ ਨਾ ਉਹਨਾਂ ਦਾ ਪਾਸਪੋਰਟ ਰੀਨਿਊ ਹੋਏਗਾ ਤੇ ਨਾ ਉਹਨਾਂ ਨੂੰ ਪੀਆਰ ਮਿਲ ਪਾਏਗੀ ਬਿਲਕੁਲ ਸਹੀ ਹੁਣ ਇਹ ਜਿਹੜਾ ਸਿਨੈਰੀਓ ਹੈ ਇਹਦੇ ਨਾਲ ਨਾਲ ਇੱਕ ਹੋਰ ਅਨ ਇੰਟੈਂਡਡ ਸਿਨੈਰੀਓ ਬਿਲਟ ਹੋਣਾ ਸ਼ੁਰੂ ਹੋ ਗਿਆ ਜਿਹਦੀ ਹਾਲੇ ਕੋਈ ਵੀ ਗੱਲ ਨਹੀਂ ਕਰ ਰਿਹਾ ਮੈਂ ਬੀਗ ਅ ਪ੍ਰੋਫੈਸ਼ਨਲ ਆਈ ਕੈਨ ਫੋਰਸੀ ਕਿ ਅੱਗੇ ਇਹਦੀ ਅਨਇਨਟੈਂਡਡ ਕਾਂਸਿਕਵੈਂਸਸ ਕੀ ਹੋਣਗੀਆਂ ਜਿਵੇਂ ਆਪਾਂ 2018 ਤੋਂ ਇਹ ਗੱਲ ਕਰਦੇ ਆਉਂਦੇ ਸੀ ਕਿ ਜਿਹੜੇ ਉਹ ਸਕੂਲ ਨੇ ਇੱਕ ਕਮਰੇ ਵਾਲੇ ਸਕੂਲ ਨੇ ਇਹਨਾਂ ਨੂੰ ਇਜਾਜ਼ਤ ਕਿਉਂ ਦਿੱਤੀ ਹੋਈ ਹੈ ਸੋ ਆਪਾਂ 18 'ਚੋਂ ਗੱਲ ਕਰਦੇ ਆਉਂਦੇ ਤੇ 24 'ਚ ਆ ਕੇ ਸਰਕਾਰ ਨੂੰ ਇਹ ਗੱਲ ਸਮਝ ਆਈ ਕਿ ਬਹੁਤ ਵੱਡੀ ਗਲਤੀ ਅਸੀਂ ਇੰਨੇ ਸਾਲਾਂ 'ਚ ਕਰ ਲਈ ਹੈ ਆਪਾਂ 18 ਤੋਂ ਇਹ ਗੱਲ ਕਰਦੇ ਹੁੰਦੇ ਸੀ ਉਵੇਂ ਜਿਵੇਂ ਹੁਣ ਮੈਂ ਇਹ 23 ਤੋਂ ਗੱਲ ਕਰਦਾ ਹਾਂ ਨਾਲ ਜਿਹੜਾ ਹਾ ਟਰੈਂਡ ਬਿਲਟ ਹੋਣਾ ਸ਼ੁਰੂ ਹੋਇਆ ਹੈ ਇਹਦਾ ਇੱਕ ਬਹੁਤ ਵੱਡਾ ਅਨ ਇੰਟੈਂਡਡ ਕਨਸੀਕਵੈਂਸ ਅਗਲੇ 3 ਕਸਾਲਾਂ ਚ ਆਪਣੇ ਸਾਹਮਣੇ ਆਉਣ ਆਣਾ ਉਹ ਕੀ ਹੋਗਾ ਅਰਜੰਦਰ ਜਿਹੜਾ ਰਿਫਿਜੀ ਕਲੇਮ ਫਾਈਲ ਕਰਨਾ ਉਹ ਕੋਈ ਵੀ ਰਿਫਿਜੀ ਕਲੇਮ ਫਾਈਲ ਕਰ ਸਕਦਾ ਹਾਂਜੀ ਹੁਣ ਕੀ ਹੋਣ ਲੱਗ ਗਿਆ ਕਿ ਅਨ ਰੈਗੂਲੇਟਿਡ ਜਿਹੜੇ ਲੋਕ ਨੇ ਉਹਨਾਂ ਨੇ ਰਿਫਿਜੀ ਕਲੇਮ ਫਾਈਲ ਕਰਨਾ ਸ਼ੁਰੂ ਕਰ ਦਿੱਤੇ ਮਤਲਬ ਕਿ ਇਦਾਂ ਲੱਗਦਾ ਕਿ ਬੰਦਾ ਆਪ ਦਾ ਰਿਫਿਜੀ ਕਲੇਮ ਆਪ ਫਾਈਲ ਕਰ ਰਿਹਾ ਹੈ ਅੱਛਾ ਜਿਹੜੇ ਤੁਸੀਂ ਕੰਸਲਟੈਂਟਸ ਦੇ ਪੁਆਇੰਟ ਆਫ View ਤੋਂ ਕਹਿ ਰਹੇ ਹੋ ਕਿ ਕਿਸੇ ਹੋਰ ਨੇ ਹੀ ਉਹ ਰਿਫਿਜੀ ਕਲੇਮ ਫਾਈਲ ਕੀਤਾ ਹੋਇਆ ਅੱਛਾ ਇਹ ਤੁਹਾਡਾ ਨੌਲੇਜ ਸਾਹਮਣੇ ਆ ਰਿਹਾ ਹੈ ਕਿ ਇੰਡੀਆ ਤੋਂ ਬੈਠ ਕੇ ਵੀ ਬੰਦਾ ਰੈਫਿਜੀ ਕਲੇਮ ਕੈਨੇਡਾ ਚ ਫਾਈਲ ਕਰ ਰਿਹਾ ਹੈ। ਅੱਛਾ। ਕਲਾਇੰਟ ਇੱਥੇ ਹੈ। ਉਹਦਾ ਜਿਹੜਾ ਕਾਉਂਸਲ ਹੈ ਉਹ ਇੰਡੀਆ ਚ ਹੈ ਤੇ ਉਹ ਰੈਫਿਜੀ ਕਲੇਮ ਫਾਈਲ ਕਰ ਰਿਹਾ ਹੈ। ਰਾਈਟ। ਹੁਣ ਰੈਫਿਜੀ ਕਲੇਮ ਤਾਂ ਫਾਈਲ ਹੋ ਰਹੇ ਨੇ। ਹਾਂਜੀ। ਇਹ ਤੋਂ ਬਾਅਦ ਇਹਨਾਂ ਦੀਆਂ ਸੁਣਵਾਈ ਦੀਆਂ ਤਰੀਕਾਂ ਆਉਣੀ ਹੈ ਸ਼ੁਰੂ ਹੋਣੀਆਂ ਨੇ। ਹਾਂਜੀ। ਜਦੋਂ ਸੁਣਵਾਈ ਦੀ ਤਰੀਕ ਆਉਣੀ ਹੈ ਉਹਨੂੰ ਕੋਈ ਕਾਉਂਸਲ ਨਹੀਂ ਹੋਣਾ ਹੈਗਾ। ਹਾਂਜੀ। ਜਦੋਂ ਕਾਉਂਸਲ ਨਹੀਂ ਹੋਣਾ ਉਹ ਆਪਣਾ ਕੇਸ ਕਿਵੇਂ ਲੜਨਗੇ? ਰਾਈਟ। ਹੁਣ ਕਾਨੂੰਨ ਇਹ ਕਹਿੰਦਾ ਹੈ ਕਿ ਮੈਂ ਕਲਾਇੰ ਮੈਂ ਉਹਨੂੰ ਤਾਂ ਕਲਾਇੰਟ ਮੰਨ ਲੈ ਸਕਦਾ ਜੇ ਮੇਰੇ ਕੋਲ ਉਹ ਤਰੀਕ ਅਵੇਲੇਬਲ ਹੈ ਓਕੇ ਜੇ ਮੇਰੇ ਕੋਲੇ ਉਹ ਤਰੀਕ ਅਵੇਲੇਬਲ ਹੀ ਨਹੀਂ ਹੈਗੀ ਤਾਂ ਮੈਂ ਉਹਨੂੰ ਕਲਾਇੰਟ ਨਹੀਂ ਲੈ ਸਕਦਾ ਸੋ ਇਹ ਇਹ ਪੁਆਇੰਟ ਰਿਪੀਟ ਕਰਿਓ ਵੀ ਐਜ਼ ਅ ਕੰਸਲਟੈਂਟ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕੋਲ ਉਹ ਤਰੀਕ ਜਿਹੜੀ ਤੁਸੀਂ ਪਹਿਲਾਂ ਹੋਲਡ ਕੀਤੀਆਂ ਹੁੰਦੀਆਂ ਕੋਈ ਨਹੀਂ ਜੀ ਹੁਣ ਮੇਰੇ ਕੋਲ ਹੋਰ ਸੁਣਵਾਈਆਂ ਚੱਲਦੀਆਂ ਨੇ ਮਤਲਬ ਠੀਕ ਹੈ ਓਕੇ ਤੇ ਮੈਂ ਮੈਂ ਉਹਦੇ ਉਹ ਜੇ ਮੈਂ ਕਿਸੇ ਦਾ ਕਾਉਂਸਲ ਆ ਤਾਂ ਕੋਰਟ ਨੇ ਮੇਰੇ ਨਾਲ ਸਲਾਹ ਕਰਕੇ ਤਰੀਕ ਨਿਸ਼ਚਿਤ ਕਰਦੀਆਂ ਮੰਨ ਲਓ ਅ ਕੱਲ ਨੂੰ ਫ੍ਰਾਈਡੇ ਆ ਕੱਲ ਦੀ ਕਿਸੇ ਦੀ ਤਰੀਕ ਹੈ ਤੇ ਕਲਾਇੰਟ ਆ ਜਾਂਦਾ ਉਹ ਕਹਿੰਦਾ ਵੀ ਮੇਰੀ ਕੱਲ ਨੂੰ ਹੀアリング ਹੈ ਮੈਨੂੰ ਇਹ ਕਹਿਣਾ ਪਊਗਾ ਸੌਰੀ ਮੈਂ ਤੈਨੂੰ ਰਿਪਰੈਜ਼ੈਂਟ ਨਹੀਂ ਕਰ ਸਕਦਾ ਮੈਂ ਅਵੇਲੇਬਲ ਨਹੀਂ ਕਿਉਂਕਿ ਮੈਂ ਉਹ ਕਲਾਇੰਟ ਨੂੰ ਉਹਨਾਂ ਚ ਰਿਟੇਨ ਨਹੀਂ ਕਰ ਸਕਦਾ ਜੇ ਮੇਰੇ ਕੋਲ ਤਰੀਕ ਅਵੇਲੇਬਲ ਨਹੀਂ ਹੈਗੀ ਹੈ ਸੋ ਹੁਣ ਜਦੋਂ ਇੰਨੇ ਹਜ਼ਾਰਾਂ ਲੋਕ ਅਪਲਾਈ ਕਰੀ ਜਾ ਰਹੇ ਨੇ ਕਾਉਂਸਲ ਉਹਨਾਂ ਕੋਲੇ ਹੈ ਨਹੀਂ ਉਹ ਹਜ਼ਾਰਾਂ ਲੋਕਾਂ ਦੀਆਂ ਤਰੀਕਾਂ ਆਉਣਗੀਆਂ ਜਦੋਂ ਤਰੀਕਾਂ ਆਉਣਗੀਆਂ ਤੇ ਉਸ ਤੋਂ ਬਾਅਦ ਉਹਨਾਂ ਕੋਲੇ ਇਨਫ ਕਾਉਂਸਲ ਨਹੀਂ ਹੋਣੀ ਉਹਨੂੰ ਰਿਪਰੈਜ਼ੈਂਟ ਕਰਨ ਲਈ ਫਿਰ ਉਹਨਾਂ ਦੀ ਸੁਣਵਾਈ ਕਿਵੇਂ ਹੋਊਗੀ ਜੇ ਉਹ ਸੁਣ ਪਿਛਲੇ ਸਾਲ 1 ਜੁਲਾਈ 2023 ਤੋਂ ਇਮੀਗ੍ਰੇਸ਼ਨ ਰੈਫਿਜੀ ਬੋਰਡ ਦੀ ਪ੍ਰੈਕਟਿਸ ਨੂੰ ਵੀ ਸਪੈਸ਼ਲਾਈਜੇਸ਼ਨ ਬਣਾ ਦਿੱਤਾ ਗਿਆ ਠੀਕ ਹੁਣ ਹਰ ਕੋਈ ਬੰਦਾ ਜਿਹਦੇ ਕੋਈ ਇਮੀਗ੍ਰੇਸ਼ਨ ਲਾਇਸੈਂਸ ਹੈ ਉਹ ਤੁਹਾਨੂੰ ਰੈਫਿਜੀ ਬੋਰਡ ਚ ਰਿਪਰੈਜ਼ੈਂਟ ਨਹੀਂ ਕਰ ਸਕਦਾ ਉਹਦੇ ਲਈ ਤੁਹਾਨੂੰ L3 ਲਾਇਸੈਂਸ ਚਾਹੀਦਾ ਮਤਲਬ ਸਪੈਸ਼ਲਿਸਟ ਲਾਇਸੈਂਸ ਚਾਹੀਦਾ ਹਾਂਜੀ ਸੋ ਜੇ ਤੁਹਾਡੇ ਕੋਲ ਉਹ ਸਪੈਸ਼ਲਿਸਟ ਲਾਇਸੈਂਸ ਹੈ ਤੁਸੀਂ ਤਾਂ ਹੀ client ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਸੋ ਉਹ ਨੰਬਰ ਆਫ ਕਾਉਂਸਲ ਵੀ ਘਟ ਗਿਆ ਹਾਂਜੀ ਤੇ ਉਧਰੋਂ ਨੰਬਰ ਆਫ ਰੈਫਿਜੀ ਕਲੇਮੈਂਟ ਵੀ ਘਟ ਗਿਆ ਹੁਣ ਜਦੋਂ ਨੰਬਰ ਆਫ ਰੈਫਿਜੀ ਕਲੇਮੈਂਟ ਸੌਰੀ ਵੱਧ ਗਿਆ ਤੁਸੀਂ ਹੈਰਾਨ ਹੋਵੋਗੇ ਹਰ ਰੋਜ਼ 250 ਤੋਂ 300 ਬੰਦਾ ਰੈਫਿਜੀ ਕਲੇਮ ਕਰ ਰਹਾ ਹੈ ఎవਰੀ ਡੇ ਸੋ ਇੰਨੇ ਤਾਂ ਰਿਪਰੈਜ਼ੈਂਟ ਕਰਨ ਨੂੰ ਲੋਕ ਹੀ ਨਹੀਂ ਹੈਗੇ ਉਹਨਾਂ ਨੂੰ ਹੁਣ ਜਦੋਂ ਤਰੀਕਾਂ ਆਉਣਗੀਆਂ ਉੱਥੇ ਜਾ ਕੇ ਪ੍ਰੋਬਲਮ ਆਉਣੀ ਸ਼ੁਰੂ ਹੋਊਗੀ ਇਹ ਅੱਜ ਨਹੀਂ ਇਹ ਜਦੋਂ 3 ਸਾਲ ਨੂੰ ਤਰੀਕ ਆਉਣੀ ਸ਼ੁਰੂ ਹੋਊਗੀ ਹੁਣ ਜਿਹਨੇ ਪਿਛਲੇ ਸਾਲ ਕਰਿਆ ਉਹਦੀ ਅਗਲੇ 3 ਸਾਲਾਂ ਦੀ ਤਰੀਕ ਆ ਜਾਣੀ ਹੈ ਜੀ ਹਾਂਜੀ ਤੇ ਉਦੋਂ ਉਹਨਾਂ ਲੋਕਾਂ ਨੂੰ ਪ੍ਰੋਬਲਮ ਆਣੀ ਹੈ ਸੋ ਇਹ ਤਾਂ ਬਕਰ ਕੀ ਸੋਲੂਸ਼ਨ ਫਿਰ ਇਹਦੇ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ ਕਿਉਂਕਿ ਮੈਂ ਚਾਹੁੰਦਾ ਸੀ ਸਮਾਂ ਆਪਣਾ ਆਲਮੋਸਟ ਹੁਣ ਕੰਪਲੀਟ ਹੋਣ ਵਾਲਾ ਹੈ ਤੇ ਜੇ ਹੁਣ ਇੰਨੀ ਵੱਡੀ ਇਹ ਸਮੱਸਿਆ ਤੁਸੀਂ ਤਾਂ ਮੈਨੂੰ ਵੀ ਪਰੇਸ਼ਾਨ ਕਰਤਾ ਇਹ ਗੱਲ ਸਸ ਕੇ ਵੀ ਇਹ ਤਾਂ ਬਹੁਤ ਇੱਕ ਕਯੋਸ ਹੋ ਜਾਏਗਾ ਇੱਕ ਏਦਾਂ ਦਾ ਮਾਹੌਲ ਬਣ ਜਾਏਗਾ ਕਿ ਲੋਕ ਪਹਿਲਾਂ ਹੀ ਡਿਪਰੈਸ ਹੋਣਗੇ ਪਹਿਲਾਂ ਹੀ ਪਰੇਸ਼ਾਨ ਹੋਣਗੇ ਤੇ ਇੱਕ ਨਵੀਂ ਸਮੱਸਿਆ ਉਹਨਾਂ ਲਈ ਖੜ ਜਾਏਗੀ ਬਿਲਕੁਲ ਨਵੀਂ ਸਮੱਸਿਆ ਹੋਊਗੀ ਕਿਉਂਕਿ ਆਪਾਂ ਪਹਿਲਾਂ ਅਸੈਸ ਕਰਦੇ ਸੀ ਨਾ ਕਿ ਬ੍ਰੈਂਪਟਨ ਸਿਟੀ ਕੋਲੇ ਇਨਾਫ ਸਰਵਿਸਿਜ਼ ਪ੍ਰੋਵਾਈਡ ਕਰਨੂ ਹੈਗਾ ਅਚਾਨਕ ਉਹ ਕੇਆਸ ਹੋ ਗਿਆ ਉਵੇਂ ਜਿਵੇਂ ਇਹ ਕੇਆਸ ਵੀ ਅਗਲੇ 3 ਸਾਲਾਂ ਚ ਆਪਣੇ ਸਾਹਮਣੇ ਆ ਜਾਊਗਾ ਹੁਣ ਉਹਦੇ ਲਈ ਸਭ ਤੋਂ ਇੰਪੋਰਟੈਂਟ ਕੀ ਹੈ ਜੇ ਕੋਈ ਵੀ ਰੈਫਿਜੀ ਕਲੇਮ ਕਰ ਰਹਾ ਹੈ ਕੋਈ ਰੋਕ ਨਹੀਂ ਜੀ ਕਿਸੇ ਤੇ ਰੈਫਿਜੀ ਕਲੇਮ ਕਰਨ ਨੂੰ ਹਾਂਜੀ ਪਰ ਇੱਕ ਕੰਪੀਟੈਂਟ ਕਾਉਂਸਲ ਨੂੰ ਹਾਇਰ ਕਰਕੇ ਕਰੋ ਜੇ ਆਲਰੇਡੀ ਕਰ ਚੁੱਕੇ ਹਾਂ ਤਾਂ ਜੇ ਤੁਸੀਂ ਹੁਣ ਵੀ ਉਹਨਾਂ ਨੂੰ ਹਾਇਰ ਕਰ ਲਓਗੇ ਜੋ ਕੋਰਟ ਨੂੰ ਦੱਸ ਦੇਣਗੇ ਕਿ ਇਹ ਬੰਦੇ ਨੂੰ ਤੁਸੀਂ ਰੈਪਰੈਜ਼ੈਂਟ ਕਰ ਰਹੇ ਹੋ ਤਾਂ ਤਾਂ ਵੀ ਕੋਰਟ ਤੁਹਾਡੇ ਨਾਲ ਕਾਉਂਸਲ ਨਾਲ ਸਲਾਹ ਕਰਕੇ ਉਹ ਤਰੀਕ ਨਿਸ਼ਚਿਤ ਕਰੇਗਾ ਸੋ ਹੀਅਰਿੰਗ ਦੀਆਂ ਡੇਟਸ ਜਿਹੜੀਆਂ ਨੇ ਉਹ ਫਲੈਕਸੀਬਿਲਟੀ ਹੁੰਦੀ ਹੈ ਉਹਦੇ ਚ ਜਾਂ ਅੱਗੇ ਪਿੱਛੇ ਕੀਤੀਆਂ ਜਾ ਸਕਦੀਆਂ ਹੁੰਦੀਆਂ ਕਿ ਜਾਂ ਨਹੀਂ ਜੇ ਤੁਸੀਂ ਸ਼ੁਰੂਆਤ ਚੋਂ ਹੀ ਕਲਾਇੰਟ ਕਾਉਂਸਲ रिलेशनशिप ਹੈਗਾ ਤੇ ਕੋਰਟ ਨੂੰ ਪਤਾ ਹੈ ਕਿ ਇਹਨੂੰ ਕੋਈ ਰਿਪਰੈਜ਼ੈਂਟ ਕਰ ਰਿਹਾ ਹੈ ਤਾਂ ਕੋਰਟ ਤੁਹਾਡੇ ਨਾਲ ਸਲਾਹ ਕਰਕੇ ਇਹ ਤਰੀਕ ਨਿਸ਼ਚਿਤ ਕਰਦਾ ਹੈ ਪਰ ਜੇ ਕਿਸੇ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਤਾਂ ਉਹਨੂੰ ਕੋਈ ਵੀ ਰੈਂਡਮ ਤਰੀਕ ਦਿੱਤੀ ਜਾ ਸਕਦੀ ਸੋ ਦੋਸਤੋ ਇਹ ਇੱਕ ਬਹੁਤ ਵੱਡੀ ਡਿਸਕਸ਼ਨ ਹੈ ਜਿਹਨੂੰ ਮੈਂ ਸਮਝਦਾ ਕਿ ਸਾਡੀ ਅੱਜ ਦੀ ਇੰਨੀ ਇੱਕ ਗੱਲਬਾਤ ਦੇ ਨਾਲ ਆਧਾਰ ਬਣਾ ਕੇ ਕੋਈ ਫੈਸਲਾ ਨਾ ਕੀਤਾ ਜਾਵੇ ਐਕਸਪਰਟ ਐਡਵਾਈਸ ਦੇ ਲਈ ਅਸੀਂ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਹੋਰਾਂ ਦੇ ਆਫਿਸ ਦਾ ਨੰਬਰ ਤੁਹਾਡੇ ਨਾਲ ਬਾਰ-ਬਾਰ ਸਾਂਝਾ ਕਰ ਰਹੇ ਹਾਂ ਕਿ 905 670 4444905670 4444 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰੋ ਕੰਟੈਕਟ ਕਰੋ ਅਪਾਇੰਟਮੈਂਟ ਬਣਾਓ ਤੇ ਆਪਣਾ ਕੇਸ ਤਸੱਲੀ ਦੇ ਨਾਲ ਇੱਕ ਵਾਰੀ ਡਿਸਕਸ ਕਰਕੇ ਫਿਰ ਕੋਈ ਫੈਸਲਾ ਲਓ ਜੇ ਅਜੇ ਤੱਕ ਤੁਸੀਂ ਕੋਈ ਇਦਾਂ ਦਾ ਕੇਸ ਰਿਫਿਊਜ਼ ਰਿਫਿਊਜ਼ੀ ਦੇ ਤੌਰ ਦੇ ਉੱਤੇ ਨਹੀਂ ਅਪਲਾਈ ਕੀਤਾ ਇੱਕ ਵਾਰੀ ਇਹਨਾਂ ਦੇ ਨਾਲ ਗੱਲ ਕਰੋ ਫਿਰ ਤੁਹਾਨੂੰ ਗਾਈਡ ਕਰਨਗੇ ਕਿ ਕੀ ਇਹ ਤੁਹਾਡੇ ਲਈ ਫਿੱਟ ਬੈਠੇਗਾ ਵੀ ਕਿ ਨਹੀਂ ਕਿਉਂਕਿ ਦੇਖੋ ਦੇਖੀ ਸੁਣ ਸੁਣਾ ਕੇ ਇਧਰੋਂ ਉਧਰੋਂ ਆਪਾਂ ਜੇਕਰ ਕੋਈ ਇਦਾਂ ਦਾ ਸਟੈਪ ਲੈ ਲਾਂਗੇ ਤਾਂ ਕਿਤੇ ਆਉਣ ਵਾਲੇ ਟਾਈਮ ਲਈ ਫਿਰ ਆਪਾਂ ਇਹ ਨਾ ਹੋਵੇ ਕਿ ਆਪਾਂ ਆਪਣਾ ਮਸਲਾ ਠੀਕ ਕਰਦੇ ਕਰਦੇ ਹੋਰ ਗੁੰਝਲਦਾਰ ਬਣਾ ਲਈ। ਇਹ ਕਾਲ ਆ ਲੈਨੇ ਤਾਂ ਫਿਰ ਆਪਾਂ ਸਮਾਪਤ ਕਰਦੇ ਆਂ। 0564 ਨੰਬਰ ਤੁਸੀਂ ਆਉਂਦੀ ਰਹੋ ਜੀ। ਸਰਸੀ ਕਲਜੀ ਸਾਹਿਬ। ਹਾਂਜੀ। ਹਾਂਜੀ ਸਰ ਮੈਂ ਜੀ ਤੁਹਾਡੀ ਆਵਾਜ਼ ਬਹੁਤ ਥੋੜੀ ਆ ਰਹੀ ਹੈ ਜੀ। ਹਾਂਜੀ। ਹਾਂਜੀ ਹੁਣ ਆ ਰਹੀ ਹੈ। ਹਾਂਜੀ ਹਾਂਜੀ ਪਰਫੈਕਟ। ਹਾਂਜੀ ਕੈਰਾ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਆ ਜੀ। ਮੈਂ ਪੁੱਛਣਾ ਸੀਗਾ ਕਿ ਹਾਂਜੀ ਤੁਹਾਡੀ ਆਵਾਜ਼ ਬੰਦ ਹੋ ਗਈ। ਹਾਂਜੀ ਹਾਂਜੀ ਸਰ ਬਣਾ ਰਹੀ ਹੈ ਜੀ। ਹਾਂਜੀ ਹਾਂਜੀ। ਹਾਂਜੀ ਸਰ ਮੈਂ ਇਹ ਪੁੱਛਣਾ ਚਾਹ ਰਿਹਾ ਕਿ ਮੇਰਾ ਫਰੈਂਡ ਹੈ ਉਹਨੇ ਵੀਰੇ ਕਾਲ ਕੀਤੀ ਇੰਡੀਆ ਤੋਂ ਉਹਦੇ ਕਿਸੇ ਰਿਲੇਟਿਵ ਨੇ ਉਹਨੂੰ ਸਪான்ਸਰ ਕੀਤਾ ਸੀਗਾ ਤੇ ਪਿਛਲੇ ਸਾਲ ਦਾ ਵੀਜ਼ਾ ਲੱਗਾ ਸੀਗਾ ਪਰ ਉਹ ਹੁਣ ਆਉਣਾ ਚਾਹ ਰਿਹਾ ਸੀਗਾ ਜਿੱਦਾਂ 10-15 ਦਿਨ ਦੇ ਲਈ ਉਹ ਪੁੱਛ ਰਿਹਾ ਸੀਗਾ ਕਿ ਮਤਲਬ ਉਹ ਉਹਦਾ ਕਾਰਨ ਉਹ ਹੁਣ ਇਨਵੈਲਿਡ ਹੋ ਗਿਆ ਕੀ ਉਹ ਆ ਸਕਦਾ ਹੈ ਕਿ ਨਹੀਂ ਆ ਸਕਦਾ ਜੀ ਇਹ ਪੁੱਛਣਾ ਚਾਹੁੰਦਾ ਹਾਂ ਧੰਨਵਾਦ ਹਾਂਜੀ ਸੋ ਜਿਵੇਂ ਇਹਦਾ ਆਨਸਰ ਬਹੁਤ ਲੰਬਾ ਹੈਗਾ ਸੋ ਮੈਂ ਆਪ ਜੀ ਨੂੰ ਇਹ ਸਲਾਹ ਦਊਂਗਾ ਜੀ ਸਾਡੇ ਆਫਿਸ ਕਾਲ ਕਰ ਲਓ ਤੇ ਮੈਂ ਡਿਸਕਸ਼ਨ ਕਰ ਸਕਦਾ ਕਿਉਂਕਿ ਉਹਨੂੰ ਕਿਹੜੇ-ਕਿਹੜੇ ਕਾਗਜ਼ ਚਾਹੀ ਕਰੰਟਲੀ ਜਦੋਂ ਕੀ ਅਵੇਅਰਨੈਸ ਹੋਣੀ ਚਾਹੀਦੀ ਹੈ ਜਦੋਂ ਆਵੇ ਤਾਂ ਉਹਨੂੰ ਪਤਾ ਹੋਵੇ ਉਹਨੂੰ ਕੀ ਸਵਾਲ ਪੁੱਛੇ ਜਾਣੇ ਨੇ ਤੇ ਉਹ ਸਵਾਲਾਂ ਦੇ ਜਵਾਬ ਦੇ ਸਕੇ ਤਾਂ ਹੀ ਉਹਨੂੰ ਆਉਣ ਦਿੱਤਾ ਜਾਊਗਾ ਨਹੀਂ ਉਹਨੂੰ ਵਾਪਸ ਭੇਜ ਦੇਣਗੇ ਇੱਕ ਕਾਲ ਹੋਰ ਲੈ ਲੈਣੇ ਦੋਸਤੋ ਹੋਰ ਕਾਲਸ ਨਾ ਕਰਿਓ ਜੀ ਲਾਸਟ ਕਾਲ ਲਾਵਾਂਗੇ ਹੁਣ ਸਮਾਂ ਸਾਡਾ ਆਲਰੇਡੀ ਸਮਾਪਤ ਹੋ ਗਿਆ ਹਾਂਜੀ ਰੈਵਨ ਲਿਖਿਆ ਆ ਰਿਹਾ ਜੀ ਤੁਹਾਡਾ ਨਾਮ ਸੱਚਕਲ ਭਾਈ ਜੀ ਹਾਂਜੀ ਸੱਚਕਲ ਜੀ ਭਾਈ ਮੈਂ ਜਿੱਦਾਂ ਹਾਂ ਸਰ ਦੱਸ ਰਹੇ ਕਿ ਤੇ ਐਦਾ ਹੁੰਦਾ ਜਿੱਦਾਂ ਕੋਈ ਜੀ ਲਾ ਕੇ ਉਹਦਾ ਵਰਕ ਪਰਮਿਟ ਅਪਲਾਈ ਕਰ ਦਿੰਦਾ ਉਹਨਾਂ ਦੇ ਵਰਕ ਪਰਮਿਟ ਨਹੀਂ ਆ ਰਹੇ ਤੇ ਫਿਰ ਉਹਨਾਂ ਜੀ ਬਹੁਤ ਡਿ ਹਾਂਜੀ ਪਹੁੰਚ ਗਿਆ ਜੀ ਕੁਐਸਚਨ ਹਾਂਜੀ ਬਿਲਕੁਲ ਹਾਂਜੀ ਹਾਂਜੀ ਸਰ ਅ ਹਰਜਿੰਦਰ ਇਹ ਸਿਸਟਮ ਬਹੁਤ ਕਿਆਸ ਤੇ ਵਿੱਚ ਹੈ ਕਿਆਸ ਤੇ ਵਿੱਚ ਕੀ ਹੈ ਕਿ ਆਪਾਂ ਪਹਿਲਾਂ ਇੱਕ ਲੇਅਰ ਦੀ ਗੱਲ ਕਰ ਰਹੇ ਸੀ ਉਹ ਲੇਅਰ ਇਹ ਸੀ ਕਿ ਇੱਕ ਇਮੀਗ੍ਰੇਸ਼ਨ ਆਫੀਸਰ ਦੇਖਦਾ ਸੀ ਕਿ ਐਲੀਜੀਬਲ ਹੈ ਕਿ ਨਹੀਂ ਹੈ ਹਾਂਜੀ ਹੁਣ ਇਨਲੈਂਡ ਪੋਰਟਸ ਤੇ ਹਾਲ ਹੈਗਾ ਕਿ ਜੇ ਤੁਸੀਂ ਇੱਕ ਦੋ ਬੰਦਿਆਂ ਨੂੰ ਤਾਂ ਦਿਹਾੜੀ ਚ ਹੈਂਡਲ ਕਰ ਸਕਦੇ ਹੋ 2 300 ਨੂੰ ਨਹੀਂ ਕਰ ਸਕਦੇ ਹੁਣ ਇਹ ਹਾਲ ਹੈ ਕਿ ਤੁਸੀਂ ਰੈਫਿਜੀ ਕਲੇਮ ਫਾਈਲ ਕਰਦੇ ਹੋ ਤੁਹਾਨੂੰ ਇੰਟਰਵਿਊ ਤੇ ਬੁਲਾਇਆ ਜਾਂਦਾ ਹੈ ਫਿੰਗਰਪ੍ਰਿੰਟ ਕਰਨ ਲਈ ਸਿਕਿਉਰਿਟੀ ਗਾਰਡ ਹੈ ਥੋਡੇ ਬਾਇਓਮੈਟ੍ਰਿਕਸ ਕਰਨ ਲਈ ਸਿਕਿਉਰਿਟੀ ਗਾਰਡ ਹੈ ਉਹ ਤੋਂ ਬਾਅਦ 50 ਬੰਦਿਆਂ ਨੂੰ ਇਕੱਠੇ ਬਿਠਾ ਕੇ ਇੱਕ ਲੈਂਗੁਏਜ ਵਾਲਿਆਂ ਨੂੰ ਆਖ ਦਿੱਤਾ ਜਾਂਦਾ ਐ एलिਜੀਬਿਲਿਟੀ ਮੀਟ ਹੋ ਗਈ ਕਾਊਂਟਰ ਤੋਂ ਜਾ ਕੇ ਆਪਣੇ ਕਾਗਜ਼ ਲੈ ਲਓ ਉਹ ਵੀ ਨਾਲ-ਨਾਲ ਮਿਲੀ ਜਾ ਰਹੇ ਨੇ ਜੀ ਪਰ ਉਹ ਇੰਟਰਵਿਊ ਸਕੈਜੂਲ ਹੋਣ ਦੇ ਵਿੱਚ ਉਹ ਜ਼ਰੂਰ ਦੇਰੀ ਆ ਰਹੀ ਹੈ ਕਿਉਂਕਿ ਬਹੁਤ ਲੋਕ ਲਗਾਤਾਰ ਹਰ ਰੋਜ਼ ਰੈਫਿਜੀ ਕਲੇਮ ਕਰਦੇ ਜਾ ਰਹੇ ਨੇ ਜੀ ਰਾਈਟ ਸੋ ਦੋਸਤੋ ਵਧੇਰੇ ਜਾਣਕਾਰੀ ਦੇ ਲਈ ਅਸੀਂ ਨੰਬਰ ਦੇ ਰਹੇ ਹਾਂ 905 670 4744905670444CWC ਇਮੀਗ੍ਰੇਸ਼ਨ ਗੁਰਪ੍ਰੀਤ ਖੈਰਾ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰੋ ਤੇ ਵਧੇਰੇ ਜਾਣਕਾਰੀ ਲਓ ਤੇ ਨੈਕਸਟ ਵੀਕ ਗੁਰਪ੍ਰੀਤ ਜੀ ਆਪਾਂ ਕੋਸ਼ਿਸ਼ ਕਰਾਂਗੇ ਸ਼ੁਰੂ ਤੋਂ ਹੀ ਜੇ ਸਾਡੇ ਸਰੋਤੇ ਅੱਜ ਹੀ ਨੋਟ ਕਰ ਲੈਣ ਕਿ ਅਗਲੇ ਵੀਰਵਾਰ ਨੂੰ ਅਸੀਂ ਤੁਹਾਡੀਆਂ ਕਾਲਸ ਤੋਂ ਹੀ ਗੱਲਬਾਤ ਸ਼ੁਰੂ ਕਰਾਂਗੇ 10-15 ਮਿੰਟ ਅਸੀਂ ਤੁਹਾਡੀਆਂ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ ਅਗਲੇ ਵੀਕ ਤੇ ਲਈ ਤੁਸੀਂ ਜ਼ਰੂਰ ਤਿਆਰ ਰਹੋ ਬਹੁਤ ਮਿਹਰਬਾਨੀ ਸਰ ਥੈਂਕ ਯੂ ਸੋ ਮਚੀ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ